ਚੋਰਾਂ ਦੇ ਨਿਸ਼ਾਨਿਆਂ ਤੇ ਹੁਣ ਗੁਰੂ ਘਰ ਦੀਆਂ ਗੋਲਕਾਂ ਨੇ। ਦੱਸ ਦਈਏ ਕਿ ਗੁਰੂ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ, ਜਿੱਥੇ ਕਿ ਚੋਰ ਨੇ ਗੋਲਕ ਤੋੜ ਕੇ ਉਸਦੇ ਵਿੱਚ ਪਏ ਸਾਰੇ ਹੀ ਰੁਪਏ ਉਡਾ ਦਿੱਤੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਅਤੇ ਦਾਖਲ ਹੋਣ ਤੋਂ ਬਾਅਦ ਜੋ ਸਾਹਮਣੇ ਗੋਲਕ ਪਈ ਹੈ ਉਸਨੂੰ ਤੋੜਦਾ ਹੈ ਤੇ ਉਸਦੇ ਵਿੱਚ ਪਏ ਕਿਹਾ ਜਾ ਰਿਹਾ ਕਿ ਕਰੀਬ 1,00,000 ਰੁਪਏ ਉਹ ਆਪਣੇ ਨਾਲ ਲੈ ਗਿਆ। ਫਿਲਹਾਲ ਇਸ ਘਟਨਾ ਤੋਂ ਬਾਅਦ ਜਿੱਥੇ ਲੋਕਾਂ ਦੇ ਵਿੱਚ ਕਾਫ਼ੀ ਰੋਸ ਹੈ ਉੱਥੇ ਹੀ ਹੁਣ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗੁਰੂ ਘਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਗੋਲਕ ਤੋੜ ਕੇ ਉਸਦੇ ਵਿੱਚ ਜੋ ਪੈਸੇ ਪਏ ਸੀ ਉਹਨਾਂ ਨੂੰ ਉਡਾ ਦਿੱਤਾ ਗਿਆ ਅਤੇ ਕਿਹਾ ਜਾ ਰਿਹਾ ਕਿ ਚੋਰ ਦੀ ਤਸਵੀਰ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਮੈਂ ਇਸ ਗੁਰਦੁਆਰੇ ਸਾਹਿਬ ਗ੍ਰੰਥ ਸਿੰਘ ਦੀ ਸੇਵਾ ਨਿਭਾ ਰਿਹਾ ਜੀ। ਜਦੋਂ ਸਵੇਰੇ ਅੰਮ੍ਰਿਤ ਵੇਲੇ ਆਣ ਕੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ, ਬਾਹਰ ਗੇਟ ਖੋਲ੍ਹ ਕੇ ਜਦੋਂ ਅੰਦਰ ਆਏ ਤਾਂ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ। ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤਾਂ ਗੋਲਕ ਟੁੱਟੀ ਹੋਈ ਸੀ। ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਈ। ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਹੈ ਜੀ, 1 ਵਜੇ ਦੇ ਲਗਭਗ ਦੀ। ਉਸ ਤੋਂ ਬਾਅਦ ਅੰਮ੍ਰਿਤ ਵੇਲੇ ਜਦੋਂ ਸੰਗਤ ਆਈ ਅਸੀਂ ਫਿਰ ਇਕੱਠੇ ਹੋ ਕੇ ਥਾਣਾ ਫਤਿਹਗੜ੍ਹ ਚੂੜੀਆਂ 'ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ। ਅਤੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਨੂੰ ਮਿਲ ਜਾਵੇ। ਬਾਕੀ ਜਿੰਨੇ ਮੱਧ ਭਾਗਾ ਕੰਮ ਕੀਤਾ ਹੈ ਪਰਮਾਤਮਾ ਨੂੰ ਸਮੱਤ ਬਖਸ਼ਿਸ਼ ਕਰੇ ਅਤੇ ਉਹ 'ਤੇ ਮਨ ਦੀ ਕਾਰਵਾਈ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ ਦੀ ਲਗਭਗ 1,00,000 ਦੇ ਲਾਗੇ ਆਏ ਸੀ। ਹਾਂਜੀ ਆਏ ਸੀ, ਹੁਣ ਵੀ ਮੁਲਾਜ਼ਮ ਆਏ ਸੀਗੇ, ਸਵੇਰੇ ਵੀ ਆਏ ਸੀ, ਉਹ ਕਾਰਵਾਈ ਕਰ ਰਹੇ ਨੇ ਜੀ, ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਹਰਦੇਵ ਸਿੰਘ ਕਨੇਜਾ, ਸਵੇਰੇ ਜੀ 1:30-5 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਵੀ ਗੁਰਦੁਆਰੇ ਜਿਹੜੀ ਆ ਵੀ ਆ ਮੱਧਭਾਗੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਆ। ਅਤੇ ਸਵੇਰੇ ਜਦੋਂ ਗੁਰਦੁਆਰੇ ਫਿਰ ਸਾਰੀ ਸੰਗਤ ਇਕੱਠੀ ਹੋਈ ਆ, ਜਦੋਂ ਆਣ ਕੇ ਵੇਖਿਆ ਗਿਆ ਆ ਅਤੇ ਉਹਦੇ ਵੱਲੋਂ ਜਿਹੜੇ ਵੀ ਜਿਹਨੇ ਕੀਤੀ ਆ ਮੱਧਭਾਗੀ ਘਟਨਾ ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਉਹ ਭੰਨਿਆ ਗਿਆ ਆ, ਭੰਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲਕ ਆ ਉਹ ਭੰਨੀ ਗਈ ਆ ਅਤੇ ਜਿਹੜੀ ਵਿੱਚੋਂ ਉਹਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ। ਸੀਸੀਟੀਵੀ ਵਿੱਚ ਸਾਰੀ ਜਿਹੜੀ ਉਹਦੀ ਕਵਰੇਜ ਹੋਈ ਹੈ। ਹਜੇ ਨਹੀਂ, ਉਹਦਾ ਮੂੰਹ ਸਾਰਾ ਕਵਰ ਸੀ ਜੀ, ਅਤੇ ਉਹਦੀ ਜਿਹੜੀ ਪਹਿਚਾਣ ਆ ਸਿਰਫ ਥੋੜ੍ਹੇ ਬਹੁਤੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਹੈ, ਬਾਕੀ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਨ ਲਈ।